30 ਅਗਸਤ ਨੂੰ ਦੇਵ ਖਰੌੜ ਦੀ ਫਿਲਮ ਰੁਪਿੰਦਰ ਗਾਂਧੀ 3 ਰਿਲੀਜ਼ ਹੋਣ ਵਾਲੀ ਹੈ। ਉਸ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ। ਜਿਵੇਂ ਹੀ ਟ੍ਰੇਲਰ ਰਿਲੀਜ਼ ਹੋਇਆ ਸੀ ਤਾਂ ਟ੍ਰੇਲਰ ਦੇ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਨਾਮ ਬਾਰ ਬਾਰ ਦੇਖਣ ਨੂੰ ਮਿਲ ਰਿਹਾ ਸੀ, ਉਹ ਸੀ ਭੋਲਾ। ਕਿਉਂਕਿ ਇਸ ਫਿਲਮ ਦੇ ਵਿੱਚ ਜਿੱਥੇ ਇੱਕ ਪਾਸੇ ਦੇਵ ਖਰੌੜ ਮਸ਼ਹੂਰ ਹੋਇਆ ਸੀ ਰੁਪਿੰਦਰ ਗਾਂਧੀ ਦਾ ਰੋਲ ਕਰਕੇ, ਉੱਥੇ ਨਾਲ ਹੀ ਭੋਲਾ ਵੀ ਉਸ ਦੇ ਨਾਲ ਹੀ ਮਸ਼ਹੂਰ ਹੋਇਆ ਸੀ। ਇਸ ਫਿਲਮ ਦੇ ਨਾਲ ਦੋਨਾਂ ਨੂੰ ਹੀ ਵੱਖਰੀ ਪਹਿਚਾਣ ਮਿਲੀ ਸੀ, ਦੋਨਾਂ ਨੂੰ ਹੀ ਜ਼ਿਆਦਾ ਪਸੰਦ ਕੀਤਾ ਗਿਆ ਸੀ ਦਰਸ਼ਕਾਂ ਦੇ ਵੱਲੋਂ। ਪਰ ਇਸ ਦੇ ਵਿੱਚ ਭੋਲਾ ਨਹੀਂ ਹੈ। ਇਸ ਦੇ ਬਾਰੇ ਕਾਫੀ ਗੱਲਾਂ ਬਾਤਾਂ ਚੱਲ ਰਹੀਆਂ ਸਨ ਸੋਸ਼ਲ ਮੀਡੀਆ ਦੇ ਉੱਪਰ, ਜਿਸ ਦਾ ਖੁਲਾਸਾ ਹੁਣ ਦੇਵ ਖਰੌੜ ਨੇ ਖੁਦ ਹੀ ਕੀਤਾ ਹੈ। ਦੇਵ ਖਰੌੜ ਨੇ ਫਿਲਹਾਲ ਹੀ ਅਮਨ ਔਜਲਾ ਨੂੰ ਇੱਕ ਪੋਡਕਾਸਟ ਦੇ ਵਿੱਚ ਦੱਸਿਆ ਹੈ ਕਿ ਭੋਲੇ ਨੂੰ ਅਪਰੋਚ ਜ਼ਰੂਰ ਕੀਤਾ ਗਿਆ ਸੀ ਪਰ ਉਸਨੇ ਮਨਾ ਕਰਤਾ। ਨੇ ਹੁਣ ਇੱਦਾਂ ਦੀ, ਚਲੋ ਇਹ ਕਿਹਾ ਕੋਈ ਗੱਲ ਨਹੀਂ, ਬਟ ਮੈਂ ਜੇ ਹੁਣ ਤੂੰ ਰਿਐਲਿਟੀ ਜਾਣਨਾ ਚਾਹੁੰਦੇ ਹੋ ਤੁਹਾਡੇ ਅੱਗੇ, ਤਾਂ ਮੈਂ ਰਿਐਲਿਟੀ ਇਹ ਦੱਸਦਾ ਕਿ ਸਾਡੇ ਪ੍ਰੋਡਿਊਸਰਸ ਨੇ ਅਪਰੋਚ ਕੀਤਾ ਜਗਜੀਤ ਨੂੰ, ਜਗਜੀਤ ਸੰਧੂ ਬਾਈ ਨੂੰ, ਜਗਜੀਤ ਸੰਧੂ ਨੂੰ ਭੋਲੇ ਦੇ ਰੋਲ ਲਈ, ਗਾਂਧੀ 3 ਲਈ। ਨਹੀਂ ਬਣੀ ਗੱਲ, ਬਟ ਅਸੀਂ ਅਪਰੋਚ ਕੀਤਾ, ਸਾਡੀ ਟੀਮ ਨੇ ਅਪਰੋਚ ਕੀਤਾ। ਅੱਛਾ, ਤਾਂ ਜਿਹੜੀ ਆਡੀਅੰਸ ਕਮੈਂਟਾਂ 'ਚ ਪੁੱਛ ਰਹੀ ਹੈ ਕਿ ਜਗਜੀਤ ਜਾਂ ਭੋਲਾ ਕਿਉਂ ਨਹੀਂ ਹੈਗਾ, ਮੈਨੂੰ ਲੱਗਦਾ ਉਹ ਜਗਜੀਤ ਤੋਂ ਪੁੱਛਣਾ ਚਾਹੀਦਾ ਕਿ ਤੂੰ ਕਿਉਂ ਨਹੀਂ ਹੈਗਾ ਫਿਲਮ 'ਚ ਸਾਤ ਤੋਂ ਬਿਨਾਂ। ਔਰ ਦੂਸਰੀ ਗੱਲ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਇੱਕ ਟਾਈਮ 'ਤੇ ਜਗਜੀਤ ਸੰਧੂ ਭੋਲੇ ਦਾ ਕਰੈਕਟਰ ਦਾ ਨਾਮ ਵੀ ਨਹੀਂ ਸੁਣਨਾ ਚਾਹੁੰਦਾ ਸੀ, ਨਾਲੇ ਹਿੱਟ ਹੋਇਆ ਸੀ ਭੋਲੇ ਕਰਕੇ। ਉਹ ਕਹਿੰਦਾ ਸੀਗਾ ਕਿ ਮੈਨੂੰ ਭੋਲਾ ਨਾ ਕਰੋ, ਇਹ ਗੱਲ ਆਮ ਸੁਣਨ ਨੂੰ ਸਾਡੇ ਸਾਹਮਣੇ ਵੀ, ਯਾਰ ਇਹ ਕਰੈਕਟਰ 'ਚੋਂ ਮੈਂ ਬਾਹਰ ਨਿਕਲਣਾ। ਮੈਨੂੰ ਗਾਂਧੀ ਕਹਾਉਣ 'ਚ ਬਹੁਤ ਖੁਸ਼ੀ ਹੁੰਦੀ ਹੈ, ਤਾਂ ਲੋਕ ਮੈਨੂੰ ਕਹਿੰਦੇ ਨੇ ਕਿ ਯਾਰ ਗਾਂਧੀ ਬਾਈ, ਗਾਂਧੀ ਬਾਈ। ਮੈਨੂੰ ਲੱਗਦਾ ਯਾਰ ਮੈਂ ਸ਼ਾਇਦ ਇੱਦਾਂ ਦਾ ਕਰੈਕਟਰ ਕਰ ਗਿਆ ਜਿਹੜਾ ਲੋਕਾਂ ਦੇ ਦਿਲਾਂ 'ਚ ਘਰ। ਜੇਕਰ ਦੇਖਿਆ ਜਾਵੇ ਭੋਲੇ ਦੀ ਪਿਛਲੀ ਫਿਲਮ ਓਏ ਭੋਲੇ ਓਏ ਹਿੱਟ ਰਹੀ ਸੀ, ਉਸਨੇ ਆਪਣੇ ਦਮ ਦੇ ਉੱਪਰ ਹੀ ਫਿਲਮ ਨੂੰ ਸੁਪਰ ਹਿੱਟ ਕਰਵਾ ਦਿੱਤਾ ਸੀ, ਸੋ ਹੋ ਸਕਦਾ ਹੈ ਉਸ ਦਾ ਰੇਟ ਵੱਧ ਗਿਆ ਹੋਵੇ। ਪਰ ਜਿਸ ਰੋਲ ਦੇ ਨਾਲ, ਜਿਸ ਕਰੈਕਟਰ ਦੇ ਨਾਲ ਬੰਦੇ ਨੂੰ ਪਹਿਚਾਣ ਮਿਲੀ ਹੁੰਦੀ ਹੈ, ਉਸ ਕਰੈਕਟਰ ਦੇ ਲਈ ਬੰਦਾ ਥੋੜ੍ਹਾ ਬਹੁਤ ਤਾਂ ਐਡਜਸਟ ਕਰ ਹੀ ਲੈਂਦਾ ਹੈ, ਬਾਕੀ ਰੱਬ ਜਾਣਦਾ ਹੈ। ਤੁਹਾਡਾ ਕੀ ਕਹਿਣਾ ਹੈ?